ਪਟਿਆਲਾ ਤੋਂ ਕੈਨੇਡਾ ਪੜ੍ਹਨ ਗਏ ਅੰਮ੍ਰਿਤਪਾਲ ਨਾਂ ਦੇ ਵਿਦਿਆਰਥੀ ਜਿਸ ਦੀ ਪਿਛਲੇ ਦਿਨੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਦੀ ਮ੍ਰਿਤਕ ਦੇ ਕਾਫੀ ਮਸ਼ਕਤ ਤੋਂ ਬਾਅਦ ਪਟਿਆਲਾ ਪਹੁੰਚੀ ਹੈ ਜਿਸ ਉਪਰੰਤ ਬਾਅਦ ਦੁਪਹਿਰ ਮ੍ਰਿਤਕ ਅੰਮ੍ਰਿਤਪਾਲ ਦਾ ਪਟਿਆਲਾ ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਇਸ ਦੌਰਾਨ ਡਾਕਟਰ ਧਰਮਵੀਰ ਗਾਂਧੀ ਮੇਅਰ ਸੰਜੀਵ ਬਿੱਟੂ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਬੜੀ ਦੁੱਖ ਦੀ ਘੜੀ ਹੈਗੀ ਜੀ ਕਿ ਕਿੰਨੇ ਚਾਵਾਂ ਮਿਲਾ ਰਹੇ ਨੇ ਬੱਚੇ ਨੂੰ ਪੜ੍ਹਨ ਵਾਸਤੇ ਭੇਜਿਆ ਸੀਗਾ ਅਤੇ ਅੱਜ ਅਸੀਂ ਉਹਨਾਂ ਦੀ ਡੈੱਡ ਬੋਡੀ ਦਾ ਸੰਸਕਾਰ ਕਰ ਰਹੇ ਹਾਂ ਪਰਿਵਾਰ ਵਾਸਤੇ ਵੀ ਸਮੁੱਚੇ ਸ਼ਹਿਰ ਵਾਸਤੇ ਵੀ ਬਹੁਤ ਹੀ ਸੰਤਾਪਮਈ ਘੜੀ ਹੈਗੀ ਹੈ ਮੈਂ ਇਸ ਦੁੱਖ ਵਿੱਚ ਪਰਿਵਾਰ ਨਾਲ ਸ਼ਰੀਕ ਹੋਣ ਆਇਆ ਹੈਗਾ ਜੀ ਅਤੇ ਮਤਲਬ ਇਸ ਦਾ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਬੱਚਿਆਂ ਸਾਹਮਣੇ ਮਾਪੇ ਜਾਣ ਇਹ ਕੁਦਰਤੀ ਵਰਤਾਰਾ ਹੈਗਾ ਜੀ ਮਾਪੇ ਸਾਹਮਣੇ ਬੱਚੇ ਜਾਣ ਇਹ ਬੜਾ ਹੀ ਸਹਿਣ ਕਰਨ ਵਾਲਾ ਵਪਾਰ ਵਰਤਾਰਾ ਨਹੀਂ ਹੈਗਾ ਜੀ ਬੜਾ ਹੀ ਦੁੱਖਦਾਈ ਵਰਤਾਰਾ ਹੈਗਾ ਔਰ ਕੋਈ ਸ਼ਬਦ ਨਹੀਂ ਹੈਗੇ ਕਿ ਟੱਬਰ ਨੂੰ ਪਰਿਵਾਰ ਨੂੰ ਬਾਪ ਨੂੰ ਜਾਂ ਬੱਚਿਆਂ ਨੂੰ ਜਾਂ ਭੈਣਾਂ ਭਰਾਵਾਂ ਨੂੰ ਕੋਈ ਮੈਂ ਹੌਸਲਾ ਦੇ ਸਕਾਂ ਕੋਈ ਸੰਤਵਨਾ ਦੇ ਸਕਾਂ ਪਰ ਫਿਰ ਵੀ ਮੈਂ ਇਹੀ ਅਰਦਾਸ ਕਰਦਾ ਕਿ ਪਰਿਵਾਰ ਇਸ ਭਾਣੇ ਨੂੰ ਮੰਨ ਕੇ ਆਪਣੇ ਹੌਸਲਾ ਰੱਖ